ਅਸੀਂ ਇੱਕ ਕਿਸਾਨ ਆਗੂ ਨੂੰ ਤੁਹਾਡੇ ਨਾਲ ਜੋੜਨ ਜਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਜਿਹੜੇ ਕਿਸਾਨ ਆਗੂ ਦੇ ਕਿਸਾਨ ਜਥੇਬੰਦੀਆਂ ਨਾਲ ਮਤਭੇਦ ਆਏ ਨੇ ਉਹਨਾਂ ਦਾ ਕਹਿਣਾ ਕਿ ਦਿੱਲੀ 'ਚ ਗੱਲਬਾਤ ਨਹੀਂ ਹੋਣੀ ਚਾਹੀਦੀ ਦਿੱਲੀ ਵਾਲੀ ਗੱਲਬਾਤ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਜਦੋਂ ਅਜੇ ਗੱਲਬਾਤ ਹੋਣੀ ਸੀ ਉਹ ਗੱਲ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਨਜ਼ਰ ਆਈ ਇਸੇ ਕਰਕੇ ਅਸੀਂ ਸਤਨਾਮ ਸਿੰਘ ਪੰਨੂ ਜਿਹੜੇ ਬੇਹੱਦ ਸੀਨੀਅਰ ਲੀਡਰ ਨੇ ਕਿਸਾਨ ਮੂਵਮੈਂਟ ਦੇ ਸਾਲਾਂ ਤੋਂ ਕਿਸਾਨ ਲਹਿਰ ਦੇ ਲਈ ਕੰਮ ਕਰ ਰਹੇ ਨੇ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ਨੇ ਅਤੇ ਬੇਹੱਦ ਵਧੀਆ ਤਰੀਕੇ ਨਾਲ ਇਹਨਾਂ ਨੇ ਪਿਛਲੇ ਦੌਰ ਦੇ ਅੰਦਰ ਕਿਸਾਨ ਮੂਵਮੈਂਟ 'ਚ ਕੰਮ ਕੀਤਾ ਔਰ ਸਭ ਤੋਂ ਪਹਿਲਾਂ ਅਗਰ ਕਿਸੇ ਨੇ ਐਲਾਨ ਕੀਤਾ ਸੀ ਕਿ ਅਸੀਂ ਕਰੋਨਾ ਦੇ ਦੌਰ 'ਚ ਵੀ ਜਦੋਂ ਕਰੋਨਾ ਸ਼ੁਰੂ ਹੋਇਆ ਸੀ ਤਾਂ ਇਕੱਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁੰਦੀ ਸੀ ਜਿਹੜੀ ਲੜਾਈ ਲੜ ਰਹੀ ਸੀ ਉਦੋਂ ਬਾਕੀ ਜਥੇਬੰਦੀਆਂ ਉਨੀ ਐਕਟਿਵ ਨਹੀਂ ਸੀ ਪਰ ਇਹਨਾਂ ਦੇ ਮਤਭੇਦ ਜਿਸ ਤਰ੍ਹਾਂ ਦੇ ਸੀ ਉਹ ਕਿਤੇ ਨਾ ਕਿਤੇ ਉਸੇ ਤਰੀਕੇ ਦੇ ਨਾਲ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਕਹਾਣੀ ਉੱਧਰ ਨੂੰ ਹੁੰਦੀ ਨਜ਼ਰ ਆ ਰਹੀ ਹੈ ਤਾਂ ਸਤਨਾਮ ਸਿੰਘ ਪੰਨੂ ਖੁਦ ਸਾਡੇ ਨਾਲ ਜੁੜ ਗਏ ਨੇ ਖੁਦ ਸਤਨਾਮ ਸਿੰਘ ਪੰਨੂ ਆ ਜਿਹੜੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ ਕਿ ਪੰਨੂ ਕੀ ਕਹਿੰਦੇ ਨੇ ਪੰਨੂ ਸਾਹਿਬ ਪੰਜਾਬ ਟੀਵੀ ਤੇ ਹਾਂਜੀ ਹਾਂਜੀ ਧੰਨਵਾਦ ਜੀ ਮਿਹਰਬਾਨੀ ਤੇ ਪੰਨੂ ਸਾਹਿਬ ਪਹਿਲਾਂ ਦੱਸੋ ਕੀ ਤੁਹਾਡੇ ਮਤਭੇਦ ਕੀ ਸੀ ਕੀ ਕਹਿਣਾ ਸੀ ਤੁਹਾਡਾ ਕੀ ਮਤਭੇਦ ਸੀ ਜਦੋਂ ਤੁਸੀਂ ਪਹਿਲਾਂ ਹੀ ਕਹਿਤਾ ਸੀ ਦਿੱਲੀ ਨਾ ਜਾਓ ਹਾਂ ਸਾਡਾ ਇਹ ਸੀਗਾ ਜਾਣਾ ਵਪਾਰੀਆਂ ਦਾ ਮਾਲ ਨਾ ਰੁਕੇ ਕੋਲਾ ਦੀ ਕਿਹੜੀ ਘਾਟ ਆ ਰਹੀ ਆ ਉਹ ਨਾ ਹੋਵੇ ਤੇ ਜੋ ਖਾਦ ਦੀ ਘਾਟ ਨਾ ਆਵੇ ਉਹਦਾ ਕਰਕੇ ਜਦੋਂ 21 ਤਰੀਕ ਤੋਂ ਰੇਲ ਲਾਈਨਾਂ ਵਿਹਲੀਆਂ ਵਾ ਕਿਉਂਕਿ ਗੱਡੀਆਂ ਕਿਉਂ ਨਹੀਂ ਚੱਲ ਰਹੀਆਂ ਮਾਲ ਗੱਡੀਆਂ ਕਿਉਂ ਨਹੀਂ ਕੇਂਦਰ ਸਰਕਾਰ ਚੱਲ ਰਹੀ ਉਹ ਅਸਲ ਦੇ ਵਿੱਚ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਕੇ ਬੈਠੇ ਹੋਏ ਆ ਪੰਜਾਬ ਨੂੰ ਸਭ ਕੁਛ ਕਰਾਉਣਾ ਚਾਹੁੰਦੇ ਆ ਤੇ ਜਦੋਂ ਬਾਹ ਮਰੋੜ ਕੇ ਬੈਠੇ ਹੋਏ ਆ ਤੇ ਦੂਜੀ ਨਾਲ ਜਦੋਂ 450 ਜਥੇਬੰਦੀਆਂ ਨੇ 5 ਤਰੀਕ ਨੂੰ ਬੰਦ ਕੀਤਾ 5 ਨਵੰਬਰ ਨੂੰ ਪੂਰਾ ਰੋਡ ਜਾਮ ਕੀਤੇ ਪੂਰੇ ਹਿੰਦੁਸਤਾਨ 'ਚ ਇਸੇ ਤਰੀਕੇ ਨਾਲ ਉਹਨਾਂ ਨੇ 26-27 ਦਾ ਫਿਰ ਅੰਦੋਲਨ ਦਾ ਐਲਾਨ ਕੀਤਾ ਹੋਇਆ ਉਹਨਾਂ ਨੂੰ ਸੱਦਿਆ ਤੱਕ ਨਹੀਂ ਗਿਆ ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ ਵਿੱਚ ਉੱਥੇ ਸਿਰਫ ਪੰਜਾਬ ਦੀਆਂ 29 ਜਥੇਬੰਦੀਆਂ ਨੂੰ ਸੱਦਿਆ ਗਿਆ ਤੇ ਉਹਦੇ ਵਿੱਚ ਸਾਡਾ ਇਹ ਸੀਗਾ ਵੀ ਜਦੋਂ ਸਾਰੀਆਂ ਜਥੇਬੰਦੀਆਂ ਨਹੀਂ ਸੱਦ ਰਹੇ ਮਾਲ ਗੱਡੀਆਂ ਇਹ ਨਹੀਂ ਚਲਾ ਰਹੇ ਪ੍ਰਧਾਨ ਮੰਤਰੀ ਰੋਜ਼ ਬਿਆਨ ਦੇ ਰਹੇ ਆ ਕਿ ਜਿਹੜੇ ਆ ਇਹ ਜਿਹੜੇ ਬਿਲਕੁਲ ਲੋਕਾਂ ਦੇ ਫਾਇਦੇ ਵਿੱਚ ਆ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਿਹੜੇ ਇਸ ਤਰ੍ਹਾਂ ਦੇ ਹੋਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਥਰੜੇ ਆਗੂ ਉਹ ਕੇ ਉਹ ਬੜੇ ਹੋਰ ਤਰੀਕੇ ਦੇ ਬਿਆਨ ਦੇ ਰਹੇ ਆ ਫਿਰ ਉੱਥੇ ਜਾਣ ਦਾ ਕੋਈ ਸਾਡਾ ਬਣਦਾ ਨੀਗਾ ਵੀ ਅਸੀਂ ਜਾਈਏ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਜਾਵੇ ਮਾਲ ਗੱਡੀਆਂ ਚਲਾਇਆ ਜਾਣ ਮਾਹੌਲ ਬਣਾਇਆ ਜਾਵੇ ਪ੍ਰਧਾਨ ਮੰਤਰੀ ਖੁਦ ਆਪ ਸੱਦਣ ਤੇ ਫਿਰ ਕੋਈ ਜਾਣ ਦਾ ਬਣਦਾ ਵੀ ਆ ਹੁਣ ਉੱਥੇ ਜਦੋਂ ਗਏ ਆ ਉੱਥੇ 5-6 ਘੰਟੇ ਮੈਂ ਗੱਲਬਾਤ ਹੋਈ ਆ ਉਹਨਾਂ ਨੇ ਆਪਣੀ ਗੱਲ ਉਹੀ ਰੱਖੀ ਆ ਰੱਖ ਲਾਈ ਆ ਵੀ ਆ ਕਿਸਾਨ ਮੂਵਮੈਂਟ ਦਾ ਹਰ ਪੱਖ ਕਿਸਾਨ ਮੂਵਮੈਂਟ ਕਿਸ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਕੀ ਕੀ ਇਹਦੇ ਵਿੱਚ ਵਿਚਾਰਕ ਮਤਭੇਦ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਇੱਕ ਕਿਸਾਨ ਜਥੇਬੰਦੀ ਵੱਖ ਹੋ ਗਈ ਹੈ ਸਿਰਫ ਇਸ ਕਰਕੇ ਕਿ ਦਿੱਲੀ ਨਾ ਜਾਓ ਵੈਸੇ ਨਾਲ ਆ ਸੰਘਰਸ਼ ਕਰ ਰਹੇ ਨੇ ਪਰ ਉਹਨਾਂ ਦਾ ਇਹ ਕਹਿਣਾ ਹੈਗਾ ਲੀਡਰਸ਼ਿਪ ਨੂੰ ਦਿੱਲੀ ਨਾ ਜਾਓ ਦਿੱਲੀ ਗਏ ਹੋ ਕੁਛ ਨਹੀਂ ਹੋਇਆ 21 ਨੂੰ ਜਾਓਗੇ ਉਹਦੇ ਵੀ ਕੁਛ ਨਹੀਂ ਹੋਣਾ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਜਦੋਂ ਇਸ ਵਾਰ ਦਿੱਲੀ ਗਏ ਸੀ 13 ਤਰੀਕ ਨੂੰ ਇਹਨਾਂ ਨੇ ਉਦਣ ਵੀ ਕਹਿ ਦਿੱਤਾ ਸੀ ਦਿੱਲੀ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਸਤਨਾਮ ਸਿੰਘ ਪੰਨੂ ਬੇਹੱਦ ਸੀਨੀਅਰ ਲੀਡਰ ਨੇ ਕਾਂਗਰਸ ਸੌਰੀ ਆਪਣਾ ਕਿਸਾਨ ਮੂਵਮੈਂਟ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਔਰ ਲੰਬੇ ਸਮੇਂ ਤੋਂ ਕਿਸਾਨ ਮੂਵਮੈਂਟ ਨਾਲ ਜੁੜੇ ਹੋਏ ਨੇ ਸਾਡੇ ਨਾਲ ਨੇ ਪ੍ਰੋ ਪੰਜਾਬ ਟੀਵੀ ਤੇ ਕਹਿ ਰਹੇ ਨੇ ਕਿ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਸਰ ਹੁਣ ਕੀ ਲੱਗਦਾ ਅਗਲੀ 21 ਤਰੀਕ ਨੂੰ ਮੀਟਿੰਗ ਆ ਪੰਨੂ ਸਾਹਿਬ ਹੁਣ ਵੀ ਤੁਹਾਡਾ ਉਹੀ ਬਾਇਕਾਟ ਆ ਤੁਸੀਂ ਦਿੱਲੀ ਨਹੀਂ ਜਾਓਗੇ ਤੁਸੀਂ ਹੁਣ ਕਿਸਾਨ ਜਿਹੜੀ 18 ਨੂੰ ਜਿਹੜੀ ਮੀਟਿੰਗ ਸੱਦੀ ਆ ਉਹਦੇ 'ਚ ਆਓਗੇ ਤੁਸੀਂ ਨਾ ਤੁਸੀਂ 18 ਦੀ ਮੀਟਿੰਗ 'ਚ ਕਿਸਾਨਾਂ ਦੀ 'ਚ ਵੀ ਨਹੀਂ ਆ ਰਹੇ ਪ੍ਰਧਾਨ ਮੰਤਰੀ ਖੁਦ ਨੀ ਸਾਦੇ ਜਿੰਨਾ ਚਿਰ ਗੱਲਬਾਤ ਦਾ ਮਾਹੌਲ ਸਾਜ਼ਗਾਰ ਨੀ ਬਣਦਾ ਉਹ ਰੇਲਾਂ ਜਿਹੜੀ ਮਾਲ ਗੱਡੀਆਂ ਹੈਗੀਆਂ ਪੰਜਾਬ 'ਚ ਉਹਨਾਂ ਨੂੰ ਚਲਾਉਣੀਆਂ ਚਾਹੀਦੀਆਂ ਉਹ ਨੀ ਚਲਾਉਂਦੇ ਤੇ ਸਾਰੀਆਂ ਜਥੇਬੰਦੀਆਂ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਵੋਟ ਕਰ ਰਹੀਆਂ ਸਾਰੇ ਦੇਸ਼ ਵਾਸਤੇ ਕਾਨੂੰਨ ਆ ਉਹਨਾਂ ਸਾਰਿਆਂ ਨੂੰ ਜਿੰਨਾ ਚਿਰ ਬੁਲਾਇਆ ਨਹੀਂ ਜਾਂਦਾ ਉੱਥੇ ਉਹਨਾਂ ਚਿਰ ਸਾਨੂੰ ਗੱਲਬਾਤ ਵਾਸਤੇ ਨਹੀਂ ਜਾਣਾ ਚਾਹੀਦਾ ਉਹ ਜਦੋਂ ਇਹ ਬੁਲਾ ਲੈਣ ਮਾਹੌਲ ਸਾਜ਼ਗਾਰ ਕਰਨ ਫਿਰ ਜਾਣਾ ਚਾਹੀਦਾ ਫਿਰ ਅਸੀਂ ਵੀ ਜਾਵਾਂਗੇ ਤਾਂ ਕੀ ਲੱਗਦਾ ਸਰ ਆਉਣ ਵਾਲੇ ਦਿਨਾਂ 'ਚ ਕੀ ਇਸ ਗੱਲ ਦੇ ਨਾਲ ਕਿਸਾਨ ਮੂਵਮੈਂਟ ਜਿਸ ਤਰ੍ਹਾਂ ਇੱਕ ਖਬਰ ਸਾਨੂੰ ਅੰਦਰ ਦੀ ਵੀ ਪਤਾ ਲੱਗੀ
कि उदन जिदन मीटिंग चल रही सी कुछ किसान जथेबंदियां चाहुंदियां सी कि पैसेंजर ट्रेनां ने जिहड़ियां चल जाण, पर कुछ किसान जथेबंदियां अड़ गईयां कि नहीं पैसेंजर ट्रेनां चलाउण दा कोई मतलब नहीं। कुछ किसान जथेबंदियां चाहुंदियां सी कि पैसेंजर ट्रेनां चला के गल नूं अगे वधाया जावे, कुछ जथेबंदियां बहुता लंबा संघर्ष खिंचणा नहीं चाहुंदियां, कुछ जथेबंदियां दी राय है कि संघर्ष नूं हुण समेटिया जावे, किसी ना किसी मोड़ ते लिया के गल मुकाई जावे, तुहानूं की लगदा सर? हाँ सानू यही है, वेखो ये जथेबंदियां वा इन्हों का गठजोड़ बनया हुआ कि जथेबंदियां कट्ठिया वा चंगी गल है, माड़ी नहीं गल। मतलब जिस जे असीं पैसेंजर गड्डियां विच ला दिंदे आ ते फिर रेलां दे उत्ते पार्कां च बैठण दा की मतलब कर लो आ जाए की मतलब बनदा। पैसेंजर गड्डियां देखो साडा हिमाचल पैसेंजर गड्डियां नहीं चलाउण देणियां चाहीदियां, माल गड्डियां नाल उहदा कोई लिंक नहीं। तुसीं देखो कोरोना दे दौर दे विच ये माल गड्डियां चलाउंदे रहे आ, पैसेंजर गड्डियां उदों इहनां नहीं चलाईआं। इहदे पैसेंजर गड्डियां दा दलील बणदी नहीं केंद्र सरकार दी, उह सच बाह मरोड़ रहे आ, नाकाबंदी कर रहे आ, हर पोलिटिकल पार्टी का पूरे पंजाब की पूरी तस्वीर लैके आएगा, वो तो वो दोस्तों शेयर कर दिया करो अपने दोस्तों को, वो तो वह लैके जाओ प्रो पंजाब टीवी ताकि लोगों तक हर गल जा सके। किसान मूवमेंट च एक जथेबंदी है जिदे मतभेद ने कि दिल्ली नहीं जाना चाहिए, दिल्ली नाल गलबात करन दा कोई फायदा नहीं है, पहले ही अलग हो गए सी, की कहना हुण पन्नू जी तुहाडा आने वाले दिनों के अंदर किसान मूवमेंट किधर नू जाएगी, तुहाडी अंडरसटैंडिंग की हैगी, किन्ना क लंबा खिंचोगे, किन्ना क लंबा खिंचया जा सकता है, इहनूं की इहदा हल निकलेगा कोई कदे? हाँ जी, किसान मूवमेंट जो जिस तरह का पूरे जो जिस तरह का पूरा वातावरण बन रहा या केंद्र सरकार की जिस तरह की पॉलिसी है इसके प्रति जिस तरह का पंजाब की जी सरकार आ जिस तरह उन्हें वो कानून जो मानता दी इतने चंगा तालमेल चलनगिया चंगा वा इन्हां लम्मे दा तो जी मूवमेंट चलाउण वास्ते जिहड़ा वा उह अपने जी बनाउणी चाहीदी आ, रणनीति बनाउणी चाहीदी आ। असीं अपनी जथेबंदियां नूं जिन्ना वी योगदान पा सकदे होवांगे तालमेल नाल चलांगे। जथेबंदियां दे जिहड़े एक्शन होणगे, जिहड़े हिंदुस्तान दीआं जथेबंदियां दे एक्शन आ रहे जिस तरह 5 नवंबर नूं आया, उह वी असीं बहुत पूरा विच अपने तौर ते इक तरह धिर बण के कीता, विच कोई मैत नहीं कीती, विच धर के बण के, तां हुण वी 26-27 नूं आ रहा उहदे बारे वी असीं जिहड़ा 20 तरीक नूं ऐलान करांगे। ਤੇ ਇਸ ਤਰੀਕੇ ਨਾਲ ਕੋਈ ਅਗਲੇ ਬੰਨਿਓ ਵੀ ਕੋਈ ਜਿਹੜੇ ਜਥੇਬੰਦੀਆਂ ਦੇ ਹਿੰਦੁਸਤਾਨ ਪੱਧਰ ਤੇ ਕੋਈ ਆਉਣਗੇ ਉਹਨਾਂ ਦਾ ਵੀ ਅਸੀਂ ਕਰਾਂਗੇ। ਤੇ ਇਹੀ ਆ ਸਾਡਾ ਵੀ ਇਹ ਮੂਵਮੈਂਟ ਲੰਮੇ ਦਾ ਤੋਂ ਚੱਲੇ, ਵੱਧ ਤੋਂ ਵੱਧ ਸਾਰੇ ਵਰਗਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ, ਹੋਰ ਜਿੰਨੇ ਵੀ ਸਾਡੇ ਵਰਗੇ ਆ, ਆਪਣੇ ਮਿੰਨੀ ਬੱਸ ਆਪਰੇਟਰ ਆ, ਦੂਜੇ ਆ, ਬੁੱਧੀਜੀਵੀ ਆ, ਪੱਤਰਕਾਰ ਆ, ਵਕੀਲ ਆ, ਉਹਨਾਂ ਸਾਰਿਆਂ ਨੂੰ ਇਹ 'ਚ ਇਨਵੋਲਵ ਕਰਨਾ ਪਊਗਾ। ਇਹ ਸਾਰੇ ਹਰ ਫਰੰਟ ਦੇ ਉੱਤੇ ਸਾਨੂੰ ਜਿਹੜਾ ਵਾ की लगता सर तुहानू आने वाले दिनों के अंदर जिहड़े प्रोग्राम ने वह कोई जिस तरह का हुण तुहाडा स्टाइल आ मूवमेंट का की इहदा कोई स्टाइल भी बदलना पऊ, कि इहदा कोई फॉरमैट भी बदलोंगे, क्योंकि हुण तक जो तुसीं कीता उहदे च कोई दबाव केंद्र ते उस तरह का नहीं पै रहा, कोई तरीका भी बदल सकदा लहर का? ਜ਼ਰੂਰ ਅੰਦੋਲਨ ਦਾ ਹੀ ਹੁੰਦਾ ਵਾ, ਜਿਸ ਤਰ੍ਹਾਂ ਅੱਗੇ ਵੱਧਦਾ ਵਾ ਉਹਦੇ ਹਿਸਾਬ ਨਾਲ ਹੀ ਤਬਦੀਲੀ ਉਹਦੇ 'ਚ ਆਉਂਦੀ ਰਹਿੰਦੀ ਆ। ਜਿਸ ਤਰੀਕੇ ਦਾ ਵੀ ਮੰਗ ਹੋਊਗੀ ਸਮੇਂ ਦੀ, ਜਿਸ ਤਰ੍ਹਾਂ ਦੀ ਮੰਗ ਸਮੇਂ ਦੀ ਮੰਗ ਹੋਵੇਗੀ ਉਸੇ ਤਰੀਕੇ ਦਾ ਇਹ ਤਰੀਕਾ ਬਦਲਾਂਗੇ। ਉਹ ਕਿਸੇ ਤਰੀਕੇ ਦਾ ਵੀ ਹੋ ਸਕਦਾ, ਜਿਸ ਤਰ੍ਹਾਂ ਦਾ ਹੋ ਸਕਦਾ, ਮਤਲਬ ਰੇਲਾਂ 'ਤੇ ਵੀ ਆ, ਰੇਲਾਂ 'ਤੇ ਵੀ ਚੱਲੀ ਜਾਂਦਾ ਵਾ, ਜੇ ਉਹ ਗਾਂਹ ਬਦਲ ਕੇ ਕਿਤੇ ਹੋਰ ਕਿਤੇ ਉਹਨੂੰ ਫੋਕਸ ਕਰਨਾ ਪਿਆ, ਉਹ ਵੀ ਕਰਾਂਗੇ, ਸਮੇਂ ਦੀ ਲੋੜ ਦੇ ਵਿੱਚੋਂ ਸਾਰਾ ਕੁਛ ਕਰਾਂਗੇ। ਤਾਂ ਮਾਝੇ 'ਚ ਇੱਕ ਦੇਖਣ ਨੂੰ ਮਿਲਿਆ, ਪਹਿਲਾਂ ਮੈਂ ਦੋਸਤਾਂ ਮਿੱਤਰਾਂ ਨੂੰ ਦੱਸਦਾ, ਸਾਡੇ ਨਾਲ ਸਤਨਾਮ ਸਿੰਘ ਪੰਨੂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਾਝੇ 'ਚ ਇਹਨਾਂ ਦਾ ਸਭ ਤੋਂ ਵੱਧ ਆਧਾਰ ਹੈ, ਅਤੇ ਇਹ ਬਾਹਰ ਹੋ ਗਏ ਨੇ ਇਸ ਗੱਲ ਕਰਕੇ ਕਿਸਾਨ ਜਥੇਬੰਦੀਆਂ 'ਚੋਂ ਇਹਨਾਂ ਦੇ ਮਤਭੇਦ ਨੇ, ਇਹਨਾਂ ਦਾ ਕਹਿਣਾ ਦਿੱਲੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਜਿਹੜੀ ਤੁਸੀਂ 13 ਨੂੰ ਕੀਤੀ ਉਹ 'ਚ ਵੀ ਕੁਛ ਨਹੀਂ ਨਿਕਲਿਆ, ਜਿਹੜੀ 21 ਨੂੰ ਕਰੋਗੇ ਉਹਦੇ 'ਚ ਵੀ ਕੁਛ ਨਹੀਂ ਨਿਕਲਣਾ, ਤੁਸੀਂ ਕਰੀ ਚੱਲੋ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਖੁਦ ਨਹੀਂ ਬੁਲਾਉਂਦੇ।
ਉਦੋਂ ਤੱਕ ਹੈ ਪੈਸੰਜਰ ਗੱਡੀਆਂ ਚਲਾਉਣ ਦਾ ਕੋਈ ਮਤਲਬ ਨਹੀਂ। ਇਹਨਾਂ ਦਾ ਕਹਿਣਾ ਕਿ ਲਗਾਤਾਰ ਅਸੀਂ ਸਟਰਗਲ ਕਰ ਰਹੇ ਹਾਂ, ਅਸੀਂ ਨਾਲ ਹਾਂ। ਇਹ ਕਹਿ ਰਿਹਾ ਮਤਭੇਦ ਨੇ ਸਾਡੇ, ਮਨਭੇਦ ਨਹੀਂ ਹੈ, ਮਤਭੇਦ ਨੇ। ਮਨਭੇਦ ਤਾਂ ਕੋਈ ਨਹੀਂ, ਮਤਭੇਦ ਹੀ ਹੈ ਨਾ ਜੀ। ਮਤਭੇਦ ਇਸ ਗੱਲ ਤੇ ਤਾਂ ਹੈਗਾ ਨਾ ਕਿ ਦਿੱਲੀ ਨਹੀਂ ਜਾਣਾ, ਦਿੱਲੀ ਨਹੀਂ ਜਾਣਾ, ਇਹ ਤਾਂ ਮਤਭੇਦ ਆ ਨਾ। ਤਾਂ ਵੱਧ ਤੋਂ ਵੱਧ ਦੋਸਤੋ ਪ੍ਰੋ ਪੰਜਾਬ ਟੀਵੀ ਦੀ ਕਵਰੇਜ ਤੁਹਾਡੇ ਕੋਲ ਹਰ ਪੱਖ, ਕਿਸਾਨ ਮੂਵਮੈਂਟ ਦਾ ਵੀ, ਸਰਕਾਰ ਕੀ ਕਹਿ ਰਹੀ ਹੈ, ਮੋਦੀ ਸਰਕਾਰ ਕੀ ਕਹਿ ਰਹੀ ਹੈ, ਬੀਜੇਪੀ ਕੀ ਕਹਿ ਰਹੀ ਹੈ, ਕਾਂਗਰਸ ਕੀ ਕਹਿ ਰਹੀ ਹੈ, ਸਾਰੇ ਪੱਖ ਆਉਣਗੇ। ਪਰ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਨਵਾਂ ਚੈਨਲ ਅਸੀਂ ਲੈ ਕੇ ਜਾਇਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਵਾਰ ਵਾਰ ਬੇਨਤੀ ਕਰਦਿਆਂ, ਕੰਮ ਕਰਨਾ ਸਾਡਾ ਕੰਮ ਹੈ, ਕੰਮ ਨੂੰ ਲੋਕਾਂ ਤੱਕ ਲੈ ਕੇ ਜਾਣਾ ਤੁਹਾਡਾ ਕੰਮ ਆ। ਤੁਹਾਡੀ ਅਸੀਂ ਸਮਝਦੇ ਹਾਂ ਕਿ ਤੁਹਾਡੇ ਤੋਂ ਸਾਨੂੰ ਉਮੀਦ ਆ ਕਿ ਤੁਸੀਂ ਇਸ ਕੰਮ ਨੂੰ ਲੈ ਕੇ ਜਾਓਗੇ। ਲੋਕਾਂ ਦੀ ਗੱਲ, ਕਿਸਾਨਾਂ ਦੀ ਗੱਲ, ਗਰੀਬਾਂ ਦੀ ਗੱਲ, ਹਰ ਗੱਲ ਕਰਾਂਗੇ। ਪਰ ਦਿੱਲੀ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਖਬਰ ਜਿਵੇਂ ਅਸੀਂ ਦੱਸਿਆ, ਅੰਦਰ ਦੀ ਖਬਰ ਇਹ ਵੀ ਹੈ ਕਿ ਇੱਕ ਲੈਵਲ ਦੇ ਉੱਤੇ ਕਿਸਾਨ ਜਥੇਬੰਦੀਆਂ ਉੱਥੇ ਵੀ ਇਸ ਗੱਲ ਨੂੰ ਲੈ ਕੇ ਚਰਚਾ ਸੀ। ਕੁਝ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਕਿਸਾਨ ਮੂਵਮੈਂਟ ਬਹੁਤ ਲੰਬੀ ਖਿੱਚੀ ਗਈ, ਹੁਣ ਹੋਰ ਕਿੰਨੀ ਖਿੱਚਾਂਗੇ? ਇੱਕ ਤਰਕ ਤਾਂ ਹੈ ਇਹ। ਦੂਜਾ ਤਰਕ ਇਹ ਹੈ ਕਿ ਜਿੰਨਾ ਚਿਰ ਚੱਲਦਾ ਸੰਘਰਸ਼ ਚੱਲੇ, ਇੱਕ ਤਰਕ ਇਹ ਹੈ ਕਿ ਉਹਨਾਂ ਨੇ ਕਿਹਾ ਸੀ ਪੈਸੰਜਰ ਗੱਡੀਆਂ ਨਾਲ ਚਲਾ ਦਿਉ, ਉਦੋਂ ਕੁਝ ਸਹਿਮਤੀ ਕਹਿੰਦੇ ਕੁਝ ਲੀਡਰਾਂ ਵੱਲੋਂ ਅੰਦਰ ਮੀਟਿੰਗ 'ਚ ਬਣੀ ਵੀ, ਪਰ ਉਹ ਆਪਸ 'ਚ ਜਦੋਂ ਚਰਚਾ ਹੋਈ ਫਿਰ ਉਸ ਗੱਲ ਨੂੰ ਛੱਡ ਦਿੱਤਾ ਗਿਆ। ਪਹਿਲਾਂ ਕੁਝ ਲੀਡਰਾਂ ਨੇ ਕਿਹਾ ਸੀ ਕਿ ਆਪਾਂ ਦੇਖ ਲਓ ਕੀ ਚਰਚਾ ਹੁੰਦੀ ਹੈ ਕਿ ਨਹੀਂ ਹੁੰਦੀ। ਤਾਂ ਕਿਸਾਨ ਮੂਵਮੈਂਟ ਨੂੰ ਲੈ ਕੇ ਲਗਾਤਾਰ ਸਾਡੀ ਵੱਡੀ